पलते वे हो पाइए, पलते वे हो पाइए, जे वे ही कार कमाइए, पलते वे हो पाइए, जे वे ही कार कमाइए। सारे बोल, पलते वे हो पाइए, जे वे ही कार कमाइए, पलते वे हो पाइए, जे वे ही कार कमाइए, पलते वे हो पाइए, जे वे ही कार कमाइए। तेनू रिजल्ट, तेनू फल ਉਹੋ ਕੁਝ ਮਿਲਣਾ ਜੋ ਕੁਝ ਤੂੰ ਦਿੱਤਾ ਹੈ। ਆਖੋ ਸਤਨਾਮ ਵਾਹਿਗੁਰੂ। ਤੇ ਫਿਰ ਇਹ ਉਂਗਲ ਉੱਪਰ ਕਿਉਂ ਜਾਂਦੀ ਹੈ, ਧਿਆਨ ਦੇਣਾ, ਫਿਰ ਇਹ ਉਂਗਲ ਉੱਪਰ ਕਿਉਂ ਜਾਂਦੀ ਹੈ? ਜਦੋਂ ਸਾਡਾ ਕੋਈ ਨੁਕਸਾਨ ਹੋ ਜਾਵੇ, ਜਦੋਂ ਕੋਈ ਚੀਜ਼ ਬਹੁਤ ਵੱਡੀ ਸਾਡੇ ਕੋਲੋਂ ਖੁੱਸ ਜਾਵੇ, ਇਹ ਰੱਬ ਨੇ ਕੀਤਾ ਜੀ। ਆ ਉਂਗਲ ਇੱਧਰ ਜਾਂਦੀ ਉੱਪਰ, ਕਿਉਂ ਜਾਂਦੀ ਕਿ ਨਹੀਂ ਜਾਂਦੀ? ਜਾਂਦੀ। ਤਾਂ ਤੇ ਆ ਸਮਝਣਾ ਚਾਹੀਦਾ ਕਿ ਜੋ ਕੁਝ ਮੈਨੂੰ ਮਿਲ ਰਿਹਾ ਉਹ ਮੇਰਾ ਕੀਤਾ ਮੈਨੂੰ ਮਿਲ ਰਿਹਾ, ਤੇ ਇਹ ਉਂਗਲ ਉਧਰ ਨਹੀਂ, ਆ ਉਂਗਲ ਇੱਧਰ ਜਾਣੀ ਚਾਹੀਦੀ। ਆਖੋ ਸਤਨਾਮ। ਇਹ ਉਂਗਲ ਇੱਧਰ, ਜਿਹਨੂੰ ਸੋਝੀ ਪੈ ਗਈ, ਔਰ ਜਿਹਦੀ ਉਂਗਲ ਇੱਧਰ ਜਾਏਗੀ ਨਾ, ਉਹ ਸਦਾ ਸ਼ਾਂਤ ਰਹੇਗਾ ਜੀ, ਉਹ ਸ਼ਾਂਤ ਰਹੇਗਾ, ਉਹਦੇ ਅੰਦਰ ਟਿਕਾ ਬਣਿਆ ਰਹੇਗਾ, ਕਲਪਣਾ ਮੁੱਕ ਜਾਏਗੀ। ਕਲਪਣਾ ਕਲਪੇਗਾ ਕਿਉਂ? ਕਿਉਂ ਕਲਪੇਗਾ? ਇਸ ਕਰਕੇ ਬੰਦਾ ਕਲਪਦਾ ਨਾ, ਮੈਂ ਸਾਰੀ ਜ਼ਿੰਦਗੀ ਉਹਦੇ ਨਾਲ ਇੱਦਾਂ ਕਰਦਾ ਰਿਹਾ, ਮੈਂ ਸਾਰੀ ਜ਼ਿੰਦਗੀ ਉਹਦੇ ਨਾਲ ਨੇਕੀ ਕਰਦਾ, ਉਹ ਮੇਰੇ ਨਾਲ ਇੱਦਾਂ ਕਰ ਗਿਆ, ਉਹ ਮੇਰੇ ਨਾਲ ਇੱਦਾਂ ਕਰ ਗਿਆ। ਉਹ ਬੋਲਿਆ, ਹੋ ਸਕਦਾ ਤੂੰ ਇੱਥੇ ਇੱਥੇ ਤੂੰ ਉਹਦੇ ਨਾਲ ਨੇਕੀ ਕਰਦਾ ਰਿਹਾ, ਸ਼ਾਇਦ ਪਿੱਛੇ ਕੁਝ ਗਲਤ ਕਰਕੇ ਆਇਆ ਹੋਵੇ। ਆਖੋ ਸਤਨਾਮ। ਬਾਬਾ ਆਨੰਦ ਸਿੰਘ ਮਹਾਰਾਜ ਬਚਨ ਕਰਿਆ ਕਰਦੇ ਸਨ, ਕਹਿੰਦੇ ਕਸੂਰ ਤੋਂ ਬਿਨਾਂ ਕਦੇ ਸਜ਼ਾ ਨਹੀਂ ਮਿਲਦੀ ਜੀ। ਫਿਰ ਧਿਆਨ ਨਾਲ ਸੁਣਿਓ, ਕਸੂਰ ਤੋਂ ਬਿਨਾਂ ਕਦੇ ਸਜ਼ਾ ਨਹੀਂ ਮਿਲਦੀ, ਭਾਵੇਂ ਉਹ ਕਸੂਰ ਪਿਛਲੇ ਜਨਮ ਦਾ ਹੀ ਕਿਉਂ ਨਾ ਹੋਵੇ। ਆਖੋ ਸਤਨਾਮ। ਕਈ ਵਾਰੀ ਬੰਦਾ ਕਹਿੰਦਾ ਮੈਂ ਉਹਦੇ ਨਾਲ ਐਡਾ ਮੈਂ ਪਿਆਰ ਨਿਉਂ ਕੀਤਾ, ਭਲਾ ਕੀਤਾ, ਮੇਰੇ ਹੋਸ਼ ਵਿੱਚ ਐਸੀ ਕੋਈ ਗੱਲ ਨਹੀਂ ਕਿ ਮੈਂ ਉਹਦਾ ਕਦੇ ਨੁਕਸਾਨ ਕੀਤਾ ਹੋਵੇ, ਫਿਰ ਉਹਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ? ਕਿਉਂ? ਬਸ ਆਹ ਸਵਾਲ ਖਾਈ ਜਾਂਦਾ, ਬਿਮਾਰੀ ਲੱਗ ਜਾਂਦੀ, ਰੋਗ ਲੱਗ ਜਾਂਦੇ, ਕਿਉਂ ਉਹਨੇ ਮੇਰੇ ਨਾਲ ਕਿਉਂ? ਜਦੋਂ ਮਨ ਇਹਦੇ ਵਿੱਚ ਹੋਏਗਾ ਕਿ ਜੋ ਮੈਂ ਕੀਆ ਸੋ ਮੈਂ ਪਾਇਆ, ਫਲ ਤੇਵੇ ਹੋ ਪਾਹੀ ਹੈ ਜਿਵੇਂ ਹੀ ਕਾਰ ਕਮਾਈ ਹੈ, ਸ਼ਾਇਦ ਮੈਨੂੰ ਯਾਦ ਨਹੀਂ ਮੈਂ ਇਹਦੇ ਨਾਲ ਕੋਈ ਮਾੜਾ ਕੀਤਾ, ਮੈਂ ਹੋ ਸਕਦਾ ਕੋਈ ਪਿੱਛੇ ਕਰਕੇ ਆਇਆ ਹੋ, ਕਰਕੇ ਕੋਈ ਮਾੜਾ ਕੰਮ ਹੋ ਜਾਵੇ, ਆਪਾਂ ਉਂਗਲ ਕਰ ਲੈਂਦੇ ਹਾਂ ਰੱਬ ਵਾਲੇ ਪਾਸੇ, ਭੈਣੇ ਰੱਬ ਦੀ ਮਰਜ਼ੀ ਸੀ। ਆਖੋ ਸਤਨਾਮ। ਭਰਾਵਾ ਰੱਬ ਦੀ ਮਰਜ਼ੀ ਸੀ, ਮਾੜਾ ਹੋ ਗਿਆ ਰੱਬ ਦੀ ਮਰਜ਼ੀ ਸੀ, ਉਂਗਲ ਆਉਂ ਜਾਂਦੀ ਹੋ ਨਾ। ਪਾਤਸ਼ਾਹ ਕਹਿੰਦੇ ਉਂਗਲ ਇੱਧਰ ਕਰ ਇੱਧਰ, ਤੇ ਜਿਸ ਦਿਨ ਤੈਨੂੰ ਇਹ ਕਨਸੈਪਟ ਸਮਝ ਲੱਗ ਗਿਆ ਨਾ ਕਿ ਉਂਗਲ ਇੱਧਰ, ਗੱਲ ਬਣ ਜਾਏਗੀ। ਹੁਣ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆ ਜੋ ਕੁਝ ਸਾਡੇ ਨਾਲ ਲੰਘਦਾ ਇਸੀ ਕਨਸੈਪਟ ਦੇ ਬਾਬਤ, ਉਹ ਹੁਣ ਖੋਲੀ ਜਾਵਾਂਗੇ ਥੋੜਾ ਥੋੜਾ ਕਰਕੇ। ਸਿਰ ਤੇ ਹੱਥ ਰੱਖਿਓ, ਸਤਿਗੁਰ ਸੇਵਾ ਲੈ ਆਓ, ਸਾਰੇ ਕਿਰਪਾ ਕਰਿਓ ਜੀ, ਬੋਲੋ। ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹਾਂਜੀ ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਵੰਦੇ, ਹੁਕਮ ਕੀਏ ਮਨ ਪਾਵੰਦੇ, ਰਾਹ ਪੀੜੇ ਅੱਗੇ ਜਾਵਣਾ, ਰਾਹ ਪੀੜੇ ਅੱਗੇ, ਕਵਾਂਗੇ ਨਾ ਫਿਰ
मंद जंगा आवना आके ही किता पावना मंद जंगा।